ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਆਪ ਸਭ ਜੀ ਦਾ ਪੰਜਾਬ ਸਪੀਕਸ 'ਚ। ਅਸੀਂ ਤੁਹਾਨੂੰ ਦੋ ਐਸੇ ਨੌਜਵਾਨਾਂ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਤੋਂ ਅਸੀਂ ਪੰਜਾਬ 'ਚ ਬਹੁਤ ਆਸ ਲਾ ਸਕਦੇ ਹਾਂ ਅਤੇ ਉਮੀਦ ਕਰ ਸਕਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਲਈ ਇਹ ਇੱਕ ਰੋਲ ਮਾਡਲਸ ਹੋਣਗੇ। ਗਗਨਦੀਪ, ਤੁਸੀਂ ਇੱਕ ਔਰਤਾਂ ਨਾਲ ਇੱਕ ਤਾਂ ਇੱਕ ਕਲੋਕਸ ਦਾ ਕੰਮ ਕੀਤਾ, ਇੱਕ ਤੁਸੀਂ ਤਰੰਜਨ 'ਤੇ ਵੀ ਕੰਮ ਕਰ ਰਹੇ ਹੋ, ਉਹਦੇ ਬਾਰੇ ਵੀ ਸਾਨੂੰ ਦੱਸੋ। ਤਰੰਜਨ ਦਾ ਜੋ ਇੱਕ ਫੈਸਟੀਵਲ ਹੈ ਉਹਦੀ ਮੈਂ ਥੋੜ੍ਹੀ ਜਿਹੀ ਭੂਮਿਕਾ ਦੱਸਣਾ ਚਾਹਾਂਗੀ। ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਬਾਕੀ ਸਟੇਟਸ ਵਿੱਚ ਸੋਸਾਇਟੀ ਨੂੰ ਲੈ ਕੇ, ਇਨਵਾਇਰਨਮੈਂਟ ਨੂੰ ਲੈ ਕੇ ਬਹੁਤ ਕੰਮ ਹੋਇਆ, ਬੜੇ ਸੁਚੇਤ, ਬਹੁਤ ਸੁਚੇਤ, ਪਰ ਪੰਜਾਬ 'ਚ ਮੈਨੂੰ ਇਸ ਚੀਜ਼ ਦੀ ਬੜੀ ਕਮੀ ਨਜ਼ਰ ਆ ਰਹੀ ਹੈ। ਲੋਕੀ ਨਾ ਆਪੋ ਆਪ ਤੇ ਨੇ, ਮੈਂ ਅਮੀਰ ਤੋਂ ਹੋਰ ਅਮੀਰ ਕਿਵੇਂ ਬਣਾ, ਇਹ ਇੱਕੋ ਹੀ ਹੈ। ਇਹਦਾ ਕੀ ਕਾਰਨ ਹੈ? ਪੰਜਾਬ 'ਚ ਕਿਉਂ ਨਹੀਂ ਐਨ ਜੀ ਓਜ਼ ਖੜੀਆਂ ਹੋਈਆਂ, ਕਿਉਂ ਨਹੀਂ ਐਸੇ ਸਾਰੇ ਬੰਦੇ ਅੱਗੇ ਕਿਉਂ ਨਹੀਂ ਆਏ? ਤੁਹਾਨੂੰ ਨਹੀਂ ਲੱਗਦਾ ਕਿ ਮੈਂ ਵੀ ਕੋਈ ਮੋਟੀ ਜੀ ਸੈਲਰੀ ਤੇ ਕੰਮ ਕਰਾਂ ਤੇ ਮੈਂ ਬਹੁਤ ਸਾਰੇ ਪੈਸੇ ਲੈ ਕੇ ਘਰ ਜਾਵਾਂ, ਫਿਰ ਮੈਂ ਬਹੁਤ ਸਾਰੀਆਂ ਚੀਜ਼ਾਂ ਖਰੀਦਾਂ, ਮੈਂ ਕਾਰ ਖਰੀਦਾਂ, ਕੋਠੀ ਖਰੀਦਾਂ? ਇਹ ਤੁਹਾਡੇ ਮੇਰੀ ਸ਼ੁਰੂ ਤੋਂ ਅਪਬ੍ਰਿੰਗਿੰਗ ਹੀ ਇਦਾਂ ਦੀ ਨਹੀਂ ਹੋਈ ਕਿ ਮੈਨੂੰ ਤੁਸੀਂ ਅੰਮ੍ਰਿਤਧਾਰੀ ਸਿੱਖੋ। ਹਾਂਜੀ, ਕੀ ਅੰਮ੍ਰਿਤਧਾਰਨ ਤੋਂ ਬਾਅਦ ਤੁਹਾਡਾ ਸੋਚ ਬਦਲੀ ਹੈ ਜਾਂ ਕਿ ਪਰਿਵਾਰ 'ਚ ਇਦਾਂ ਦੀ ਸੋਚ ਪਹਿਲਾਂ ਤੋਂ? ਅੰਮ੍ਰਿਤਧਾਰਨ ਤੋਂ ਬਾਅਦ ਵੀ ਬਹੁਤ ਫਰਕ ਪਿਆ ਕਿਉਂਕਿ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤੇ ਸਿੱਖੀ ਵਿੱਚ ਦੋ ਚੀਜ਼ਾਂ ਆਪਾਂ ਲੈ ਕੇ ਚੱਲਦੇ ਹਾਂ, ਇੱਕ ਸੇਵਾ ਤੇ ਇੱਕ ਸਿਮਰਨ। ਤੁਸੀਂ ਤਰੰਜਨ ਦੀ ਗੱਲ ਦੱਸੋ। ਹਾਂਜੀ, ਤਰਿੰਜਨ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ ਬਾਕੀ ਸਟੇਟਸ ਵਿੱਚ ਬਹੁਤ ਕੰਮ ਹੋਇਆ ਔਰ ਜਿੱਥੇ ਵੀ ਕੰਮ ਹੋਇਆ ਔਰਤਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਪੰਜਾਬ ਵਿੱਚ ਔਰਤਾਂ ਸੋਸ਼ਲਾਈਜ਼ ਕਰਦੀਆਂ ਨੇ, ਕਿਤੇ ਡਰਿੰਕ ਵੀ ਕਰ ਲੈਂਦੀਆਂ ਹੋਣਗੀਆਂ, ਬਾਰਸ ਵਿੱਚ ਵੀ ਜਾਂਦੀਆਂ ਹੋਣਗੀਆਂ, ਸਟੱਡੀ ਵਿੱਚ ਵੀ ਅੱਛੀਆਂ ਹੋਣਗੀਆਂ, ਪਰ ਅਗਰ ਆਪਾਂ ਐਨ ਜੀ ਓ ਸੈਕਟਰ ਦੀ ਗੱਲ ਕਰੀਏ ਤੇ ਔਰਤਾਂ ਨੇ ਕੋਈ ਕੰਮ ਨਹੀਂ ਕੀਤਾ। ਇੱਕੋ ਹੀ ਸਿਰਫ ਸੰਸਥਾ ਸੀ, ਪੰਜਾਬ ਇਸਤਰੀ ਸਭਾ, ਜਿਹਨੇ 1947 ਤੋਂ ਬਾਅਦ ਜਲੰਧਰ ਤੋਂ ਸ਼ੁਰੂ ਕਰਕੇ ਅੱਜ ਤੱਕ ਉਹ ਕੰਮ ਕਰਦੇ ਨੇ। ਉਹਨਾਂ 'ਚ ਮੈਂ ਇੱਕ ਦੇਖਿਆ ਕਿ ਉਹਨਾਂ ਦੀਆਂ ਬ੍ਰਾਂਚਿਸ ਹੈਗੀਆਂ, ਉਹਨਾਂ 'ਚ ਲੋਕੀ ਜੁੜੇ ਹੋਏ ਨੇ, ਲੇਕਿਨ ਹੋਰ ਕੋਈ ਸਾਨੂੰ ਔਰਤਾਂ ਦੀ ਸੰਸਥਾ ਜਾਂ ਐਨ ਜੀ ਓ ਸਾਨੂੰ ਨਹੀਂ ਮਿਲੀਆਂ। ਤੁਸੀਂ ਤਰਿੰਜਨ 'ਚ ਤੁਹਾਡੇ ਨਾਲ ਔਰਤਾਂ ਜੁੜੀਆਂ ਨੇ? ਇਹ ਤਰਿੰਜਨ ਦਾ ਪ੍ਰੋਗਰਾਮ ਅਸੀਂ 3 ਅਗਸਤ ਨੂੰ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਅੰਮ੍ਰਿਤਸਰ ਵਿੱਚ ਕਰ ਰਹੇ ਹਾਂ। ਇਹਦੇ ਵਿੱਚ ਜੋ ਪ੍ਰੋਗਰਾਮ ਹੈ, ਅਸੀਂ ਕੁਝ ਸਟਾਲਸ ਲਗਾਵਾਂਗੇ। ਇੱਕ ਸਟਾਲ ਇੱਦਾਂ ਦਾ ਹੋਏਗਾ ਜਿਹੜਾ ਬਿਲਕੁਲ ਹੀ ਫੂਡ ਬੇਸਡ ਸਟਾਲ ਹੈ, ਜਿਹਦੇ ਵਿੱਚ ਅਸੀਂ ਕੁਝ 30 ਤਰ੍ਹਾਂ ਦੇ ਪੁਰਾਣੇ ਖਾਣੇ ਬਣਾ ਕੇ ਖਵਾਉਣੇ ਨੇ। ਵੰਡਰਫੁਲ, ਬਿਲਕੁਲ। ਇਹਨਾਂ 30 ਚੋਂ ਕੋਈ ਦੋ ਚਾਰ ਨਾਂ ਦੱਸ ਦਿਓ। ਹਾਂਜੀ ਬਿਲਕੁਲ, ਜਿਵੇਂ ਬੋਠ ਬਾਜਰੇ ਦੀ ਖਿਚੜੀ ਹੈ, ਬਾਜਰੇ ਦੀ ਰੋਟੀ ਹੈ, ਜਵਾਰ ਦੀ ਰੋਟੀ ਹੈ, ਤੁੱਕਿਆਂ ਦਾ ਅਚਾਰ ਹੈ, ਕਣਕ ਦੇ ਭੂਤ ਪਿੰਨ ਨੇ, ਬਾਜਰੇ ਦੇ ਭੂਤ ਪਿੰਨ ਨੇ, ਜਵਾਰ ਦੇ ਭੂਤ ਪਿੰਨ ਨੇ, ਇਸ ਤਰ੍ਹਾਂ ਦੇ ਖਾਣੇ। ਮੇਰੇ ਤੇ ਮੂੰਹ 'ਚ ਪਾਣੀ ਆ ਗਿਆ, ਮੈਨੂੰ ਬੁਲਾਓਗੇ? ਬਿਲਕੁਲ ਜੀ। ਅੱਛਾ ਹਾਂਜੀ, ਨਵਦੀਪ, ਮੈਂ ਤੁਹਾਡੇ ਨਾਲ ਜਾਣਨਾ ਚਾਹਾਂਗੀ ਕਿ ਇੱਕ ਤੇ ਤੁਹਾਡੀ ਰਿਕਸ਼ਾ ਦਾ ਜਿਹੜਾ ਮਾਹੌਲ ਸੀ ਉਹਦੇ ਨਾਲ, ਦੈਟ ਇਜ਼ ਅ ਵੰਡਰਫੁਲ ਬਿਗਨਿੰਗ, ਐਂਡ ਸਭ ਤੋਂ ਅੱਛੀ ਜਿਹੜੀ ਉਹਦੀ ਗੱਲ ਹੈਗੀ ਕਿ ਉਹਦੇ ਨਾਲ ਤੁਹਾਡਾ ਪਹਿਲਾ ਫਾਜ਼ਿਲਕਾ ਦਾ ਤੁਹਾਡੀ ਐਫਰਟ ਨਾਲ ਬਣਿਆ ਕਿ ਕਾਰ ਫ੍ਰੀ ਜ਼ੋਨ, ਉਹ ਕੀ ਚੀਜ਼ ਹੈ? ਮੈਂ ਅਸੀਂ ਜੋ ਫੈਸਟੀਵਲ ਕਰਦੇ ਸੀ ਵਿੱਚ ਅਸੀਂ ਇੱਕ ਹਫਤੇ ਵਾਸਤੇ ਪੂਰੇ ਏਰੀਆ ਨੂੰ ਲੋਕਾਂ ਨੂੰ ਬਿਨਾ ਦੱਸੇ ਹੋਏ, ਇਹ ਕਹਿੰਦੇ ਸੀ ਕਿ ਤੁਸੀਂ ਵਾਕ ਕਰਕੇ ਆਓ, ਕਾਰ ਤੇ ਨਾ ਆਓ, ਤਾਂ ਕਿ ਤੁਸੀਂ ਸ਼ਹਿਰ ਨੂੰ ਦੇਖੋ। ਓਕੇ, ਫਿਰ ਅਸੀਂ ਉਹਨਾਂ ਦੀ ਕੁਝ ਸਟੱਡੀਜ਼ ਪਰਫਾਰਮ ਕੀਤੀਆਂ, ਕਿੱਦਾਂ ਲੋਕਾਂ ਦੀ ਇਨਕਮ ਇਨਕਰੀਜ਼ ਹੋਈ, ਕਿਸ ਤਰ੍ਹਾਂ ਤੁਸੀਂ ਪੋਸੀਬਲ ਕਰਨ ਕਿ ਅਸੀਂ ਵਾਕ ਕਰਦੇ ਮਿਲੇ ਹਾਂ, ਵੈਸੇ ਅਸੀਂ ਟਾਈਮ ਨਹੀਂ ਸੀ ਇੱਕ ਦੂਜੇ ਨੂੰ ਜਾਣ ਪਾਈਏ, ਠੀਕ ਹੈ। ਤਾਂ ਉਹ ਜਦੋਂ ਅਸੀਂ ਸਾਰਾ ਸੋਸ਼ਲ ਇੰਪੈਕਟ ਦਾ ਅੱਛਾ ਸਰਵੇ ਕਰਕੇ ਉਹਨੂੰ ਪਬਲਿਸਾਈਜ਼ ਕੀਤਾ ਤਾਂ ਹਰ ਕਿਸੇ ਨੂੰ ਇੰਪੋਰਟੈਂਸ ਰਿਲਾਈਜ਼ ਸਮਝ ਆ ਗਈ। ਤਾਂ ਫਿਰ ਜਦੋਂ ਸਾਡੇ ਰੀਸੈਂਟ ਇਲੈਕਸ਼ਨ 'ਚ ਅਨਿਲ ਸੇਠੀ ਜੀ ਪ੍ਰੈਜ਼ੀਡੈਂਟ ਮਿਊਨਿਸਪੈਲਿਟੀ ਦੇ ਬਣੇ, ਤਾਂ ਜਦੋਂ ਉਹਨਾਂ ਨੇ ਅੱਗੇ ਪ੍ਰਪੋਜ਼ਲ ਦਿੱਤਾ, ਉਹਨਾਂ ਨੂੰ ਬਹੁਤ ਅੱਛਾ ਲੱਗਿਆ ਕਿ ਇੱਕ ਰਿਵਾਈਵਲ ਹੋ ਜਾਏਗਾ ਔਰ ਇਕੁਆਲਿਟੀ ਦੀ ਗੱਲ ਕਰਾਂਗੇ ਕਿ ਹਰ ਕੋਈ ਉੱਥੇ, ਚਾਹੇ ਕਾਰ ਵਾਲਾ ਜਾਂ ਕੁਛ ਵਾਲਾ, ਸਭ ਉੱਥੇ ਬਰਾਬਰ ਹੋ ਗਏ, ਇੱਕੋ ਥਾਂ ਤੇ ਚੱਲਦੇ ਨੇ। ਬਹੁਤ ਅੱਛਾ, ਤੁਹਾਡਾ ਇਹ ਐਕਸਪੈਰੀਮੈਂਟ ਹੈ ਆਡੀਅੰਸ। ਹਾਂਜੀ, ਯੈਸ, ਇਹ ਨੌਜਵਾਨ ਕੁਝ ਪੁੱਛਣਾ ਚਾਹ ਰਿਹਾ। ਮੇਰਾ ਨਾਮ ਨਿਤਿਸ਼ ਹੈ, ਮੈਂ ਫਾਜ਼ਿਲਕਾ ਤੋਂ ਹੀ ਹਾਂ, ਮੈਂ 2006 ਤੋਂ ਨਵਦੀਪ ਅਸੀਜਾ ਜੀ ਨਾਲ ਹੀ ਜੁੜਿਆ ਹੋਇਆ ਹਾਂ। ਬਹੁਤ ਅੱਛੇ, ਬਹੁਤ ਅੱਛੇ। ਕੀ ਕਰਦੇ ਹੋ ਤੁਸੀਂ? ਮੈਂ ਅਜੇ 12th ਪਾਸ ਕੀਤੀ ਹੈ ਅੱਜ, ਤੇ ਹੁਣ ਮੈਂ ਇੰਜੀਨੀਅਰਿੰਗ ਦੀ ਤਿਆਰੀ ਕਰ ਰਿਹਾ ਹਾਂ। ਵੈਰੀ ਨਾਈਸ। ਅੱਛਾ ਹਾਂਜੀ, ਜੋ ਕੁਝ ਨਵਦੀਪ ਅਸੀਜਾ ਨੇ ਤੁਹਾਡੇ ਫਾਜ਼ਿਲਕਾ 'ਚ ਕੀਤਾ, ਉਹ
ਉਹਦੇ ਚੋਂ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਅੱਛੀ ਲੱਗੀ? ਮੈਨੂੰ ਸਭ ਤੋਂ ਵਧੀਆ ਸਾਡਾ ਲੇਟੈਸਟ ਸਾਂਝਾ ਚੁੱਲ੍ਹਾ ਤੇ ਲਾਇਬ੍ਰੇਰੀ ਬਾਰੇ ਬਹੁਤ ਅੱਛਾ ਲੱਗਿਆ। ਅੱਛਾ, ਸਾਂਝਾ ਚੁੱਲ੍ਹਾ ਕੀ ਹੈ? ਸਾਂਝਾ ਚੁੱਲ੍ਹਾ ਸਾਡੇ ਸ਼ਹਿਰ ਦੇ ਬਿਲਕੁਲ ਵਿੱਚ ਵਿੱਚ ਮਤਲਬ ਹਰ ਜਗ੍ਹਾ ਤੇ ਇੱਕ ਚੁੱਲ੍ਹਾ ਲਗਾਇਆ ਗਿਆ ਜਿੱਦਾਂ ਤੰਦੂਰ ਹੁੰਦਾ ਹੈ। ਓਕੇ। ਉਹਦੇ ਚ ਮਹੱਲੇ ਦੀਆਂ ਸਾਰੀਆਂ ਆਂਟੀਆਂ ਜੋ ਵੀ ਕਹਿ ਸਕਦੀਆਂ ਸਭ ਆ ਕੇ ਇਕੱਠੀਆਂ ਰੋਟੀਆਂ ਬਣਾਉਂਦੀਆਂ ਹੈ। ਅੱਛਾ, ਜਿਹਦੇ ਨਾਲ ਇੱਕ ਤਾਂ ਗੈਸ ਦੀ ਬਹੁਤ ਬਚਤ ਹੋ ਰਹੀ ਹੈ। ਵੈਰੀ ਨਾਈਸ। ਤੇ ਸਾਡਾ ਇਨਵਾਇਰਮੈਂਟ ਬਹੁਤ ਜ਼ਿਆਦਾ ਬਚ ਰਿਹਾ। ਵੰਡਰਫੁਲ। ਤੇ ਇਹਦੇ ਜਿੰਨੇ ਕਿੰਨੇ ਕਿੰਨੇ ਕੁ ਚੁੱਲ੍ਹੇ ਲੱਗੇ ਨੇ ਉੱਥੇ? ਹਜੇ ਤੱਕ ਤਾਂ 8 ਚੁੱਲ੍ਹੇ ਅਸੀਂ ਲਗਾ ਚੁੱਕੇ ਹਾਂ। ਇਹ 8 ਲੋਕੀ ਵਰਤਦੇ ਨੇ? ਹਾਂਜੀ। ਆਂਦੇ ਨਹੀਂ ਆ ਤਾਂ ਆਂਦੀਆਂ ਨੇ? ਸਭ ਆਂਦੀਆਂ ਨੇ। ਅੱਛਾ, ਇਹਦੇ ਨਾਲ ਵੀ ਰੋਟੀ ਬਣਾ ਕੇ? ਹਾਂਜੀ, ਇਹਦੇ ਨਾਲ ਇੱਕ ਇਕੁਐਲਿਟੀ ਮੇਨਟੇਨ ਹੋ ਜਾਂਦਾ, ਮਿਲਣਾ ਹੋ ਜਾਂਦਾ ਸਾਰਿਆਂ ਦਾ, ਸਾਰਿਆਂ ਦੇ ਦੁੱਖ ਸੁੱਖ ਸਾਂਝੇ ਹੋ ਜਾਂਦੇ ਨੇ ਉੱਧਰ। ਅੱਛਾ, ਇੱਕ ਤੇ ਸੀਗਾ ਇਹ, ਦੂਜਾ ਅਸੀਂ ਇੱਕ ਲਾਇਬ੍ਰੇਰੀ ਬਣਾ ਰਹੇ ਹਾਂ ਗਰੀਬ ਬੱਚਿਆਂ ਲਈ, ਜਿੱਥੇ ਉਹ ਪੜ੍ਹਨ ਲਈ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਹੈ ਉਹ ਆ ਕੇ ਪੜ੍ਹ ਸਕਦੇ ਨੇ। ਅਸੀਂ ਆਮ ਲੋਕਾਂ ਨੂੰ ਇਹਦੇ ਲਈ ਜਾਗਰੂਕਤਾ ਫੈਲਾਈ ਹੈ ਕਿ ਆਦੀਆਂ ਪੁਰਾਣੀ ਬੁੱਕਸ ਜਿਹੜੀ ਤੁਹਾਨੂੰ ਨਹੀਂ ਚਾਹੀਦੀਆਂ ਉਹ ਸਾਨੂੰ ਡੋਨੇਟ ਕਰੋ, ਡੋਨੇਟ ਕਰ ਸਕਦੇ। ਕਈ ਲੋਕ ਇਹ ਲਾਇਬ੍ਰੇਰੀ ਦੀ ਥਾਂ ਮਿਲ ਗਈ ਹੈ। ਹਾਂਜੀ, ਵਾਹ ਨਵਦੀਪ, ਦੈਟਸ ਵੰਡਰਫੁਲ ਐਫਰਟ। ਜੋ ਬੁੱਕ ਪੂਰੀ ਸਿਟੀ ਨੂੰ ਨੋਲੇਜ ਸਿਟੀ ਪ੍ਰਮੋਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੁਹਾਡਾ ਟਾਰਗੇਟ ਹੈ ਜੀ, ਬਿਕੋਜ਼ ਤਿੰਨ ਈਜ਼ ਅਸੀਂ ਇਹ ਰੱਖਿਆ ਵੀ ਐਜੂਕੇਸ਼ਨ, ਇੰਪਲੋਇਮੈਂਟ ਤੇ ਐਨਵਾਇਰਨਮੈਂਟ। ਟਰੈਕਟਰ ਖਰੀਦ ਲਿਆ ਜਾਂਦਾ, ਫਿਰ ਉਹਨੂੰ ਯੂਟੀਲਾਈਜ਼ ਨਹੀਂ ਕੀਤਾ ਜਾਂਦਾ, ਜਦੋਂ ਯੂਜ਼ ਕਰਨਾ ਤਾਂ 10,000 ਪਹਿਲਾਂ ਸਰਵਿਸ ਤੇ ਲਗਾਓ। ਤਾਂ ਇੱਕ ਸਾਡੇ ਨਾਲ ਵਿਕਰਮ ਹੋਜਾ ਵੀ ਨੇ ਜੋ ਫਾਰਮਿੰਗ ਤੇ ਜ਼ਿੰਮੇਵਾਰਾ ਫਾਰਮ ਸੋਲੂਸ਼ਨ ਦੇ ਨਾਲ ਜੁੜੇ ਹੋਏ ਨੇ, ਉਹ ਅਸੀਂ ਫਾਰਮਰਸ ਨੂੰ ਮੈਨੇਜਮੈਂਟ ਦੀ ਟ੍ਰੇਨਿੰਗ ਦੇ ਰਹੇ ਹਾਂ ਕਿ ਤੁਸੀਂ ਆਪਟੀਮਮ ਯੂਟੀਲਾਈਜ਼ ਆਫ ਰਿਸੋਰਸਿਜ਼ ਨਾਲ ਆਪਣੀ ਪ੍ਰੋਡਕਟੀਵਿਟੀ ਕਿਸ ਤਰ੍ਹਾਂ ਇਨਕਰੀਜ਼ ਕਰਨੀ ਹੈ, ਰਾਦਰ ਪ੍ਰੋਡਕਟੀਵਿਟੀ ਆਲਰੇਡੀ ਤੁਸੀਂ ਉਹਨਾਂ ਨੂੰ ਉੱਥੇ ਐਜੂਕੇਟ ਕਰਨ ਦਾ, ਉਹ ਦਾ ਸਕਿੱਲ ਡਿਵੈਲਪਮੈਂਟ ਸਕੂਲ ਦਾ ਸਾਡਾ ਪਲਾਨ ਹੈ ਜੋ ਕਿ ਸਾਨੂੰ ਬਿਦਰ ਦੇ ਨਾਲ ਔਰ ITI ਜੋ ਹੈ ਫਾਜ਼ਿਲਕਾ ਦੇ ਵਿੱਚ, ਉੱਥੇ ਇੱਕ ਸਕਿੱਲ ਡਿਵੈਲਪਮੈਂਟ 3 ਜਾਂ 2 ਮਹੀਨੇ ਦੇ ਕੁਝ ਸ਼ਾਰਟ ਕੋਰਸਿਜ਼ ਨੇ ਜੋ ਡਾਕਟਰ ਭੁਪਿੰਦਰ ਸਿੰਘ ਨੇ ਪੂਰੀ ਪ੍ਰੋਸੈਸ ਕਰ ITI ਤੋਂ ਰਿਟਾਇਰ ਹੋਏ ਨੇ ਜਿਹੜੇ, ਉਹ ਵੀ ਫਾਜ਼ਿਲਕਾ ਦੇ। ਜੀ ਜੀ ਜੀ, ਉਸ ਸਾਰੇ ਸਾਰਾ ਗਰੁੱਪ ਹੀ ਹੈ ਹਰ ਇੱਕ ਸੈਕਟਰ ਨਾਲ ਜਿਸ ਤਰ੍ਹਾਂ ਐਜੂਕੇਟ। ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸਣਾ ਚਾਹਾਂਗੀ ਕਿ ਨਵਦੀਪ ਅਸੀਜਾ ਨੇ ਜਿਹੜੀਆਂ ਵੀ ਉੱਥੇ ਕਦਮ ਚੁੱਕੇ ਨੇ ਇਹ ਹਰ ਡਿਸਟ੍ਰਿਕਟ 'ਚ ਚੁੱਕੇ ਜਾ ਸਕਦੇ ਨੇ ਕਿ ਇਹਨਾਂ ਨੇ ITI ਦੇ ਬੰਦੇ ਜੁੜ ਗਏ, ਪੜ੍ਹੇ ਲਿਖੇ ਮੁੰਡੇ ਜੁੜ ਗਏ, ਪੜ੍ਹੇ ਲਿਖੇ ਬਾਹਰ ਦੇ ਬੰਦੇ ਜੁੜ ਗਏ, ਅਤੇ ਇਹ ਬੱਚਿਆਂ ਲਈ ਲਾਇਬ੍ਰੇਰੀ ਦਾ ਆਈਡੀਆ, ਉਸ ਤੋਂ ਬਾਅਦ ਇਹ ਕਿ ਫਾਰਮਰਸ ਨੂੰ ਇਹ ਸਮਝਾ ਪਾਉਣਾ ਕਿ ਟਰੈਕਟਰ ਅਗਰ ਖਰੀਦਿਆ ਤੇ ਉਹਦੇ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਕਿਵੇਂ ਉਠਾਉਣਾ ਹੈ। ਫਿਰ ਇਹ ਕੋਰਸਿਸ ਸ਼ੁਰੂ ਕਰ ਰਹੇ ਨੇ, ਕੋਰਸਿਸ ਵੀ ਸ਼ੁਰੂ ਕਰ ਰਹੇ ਨੇ ਕਿ ਜ਼ਰੂਰੀ ਨਹੀਂ ਜਿਹੜੇ ਬੱਚੇ ਦਾ ਪੜ੍ਹਾਈ 'ਚ ਦਿਲ ਨਹੀਂ ਲੱਗਦਾ ਉਹਨੂੰ ਬਹੁਤ ਕੋਈ ਹੋਰ ਚੀਜ਼ ਦੀ ਸਕਿੱਲ ਦੇ ਦਿਓ ਤਾਂ ਕਿ ਉਹ ਆਪਣੀ ਰੋਟੀ ਕਮਾਉਣ ਜੋਗਾ ਹੋਵੇ। ਸਰ, ਤੁਹਾਡੇ ਫਾਜ਼ਿਲਕਾ 'ਚ ਡਰੱਗ ਅਡਿਕਸ਼ਨ ਔਰ ਐਲਕੋਹਲ ਸ਼ਰਾਬ ਦਾ ਨਸ਼ਾ ਇਹ ਕਿੰਨਾ ਕੁ ਪ੍ਰਚਲਿਤ ਹੈ? ਇੱਕ ਬਾਰਡਰ ਹੋਣ ਕਰਕੇ ਸਾਡਾ ਸਿਟੀ ਰਾਜਸਥਾਨ, ਹਰਿਆਣਾ ਔਰ ਉੱਪਰੋਂ ਪਾਕਿਸਤਾਨ, ਇਹ 3 ਬਾਰਡਰ ਉੱਥੇ ਐਡਜਸਟ ਨੇ। ਜੋ ਡਰੱਗ ਟ੍ਰੇਡਿੰਗ ਦਾ ਸਾਨੂੰ ਕਾਫੀ ਆਇਆ ਯੂਥ ਦਾ, ਅਸੀਂ ਇੱਕ ਰੀਸੈਂਟ ਸਰਵੇ ਕੀਤਾ ਸੀ ਮੇਰੇ ਦੋਸਤ ਨੇ ਤਾਂ ਉਹ ਪੋਲੀਟਿਕਸ 'ਚ ਨੇ, ਤਾਂ ਉਹਨਾਂ ਨੇ ਇੱਕ ਵਾਰ ਦਾ ਅਸੀਂ ਸਰਵੇ ਕੀਤਾ ਤਾਂ ਕਰੀਬ 210 ਅਸੀਂ ਪਾਏ ਕਿ ਯੂਥ ਉੱਥੇ ਰਹਿ ਰਹੇ ਨੇ ਘਰਾਂ ਦੇ ਵਿੱਚ, ਅਤੇ ਉਹਨਾਂ ਵਿੱਚੋਂ ਕਰੀਬ 160-65 ਜਿਹੜੇ ਅਸੀਂ ਪਰਸਨਲ ਨਾਲ ਅਦਰਵਾਈਜ਼ ਡਾਟਾ ਸਾਨੂੰ ਮਿਲਦਾ ਨਹੀਂ, ਤਾਂ ਕਰੀਬ ਉਹ ਮੈਡੀਸਨ ਦੇ ਵਾਲੇ ਨਸ਼ੇ ਵੱਲ ਜਾ ਰਹੇ ਸੀ। ਤਜਰਬਾ ਵੀ ਬਹੁਤ ਹੋਏਗਾ ਤੇ ਮੈਂ ਸੁਣਿਆ ਤੁਸੀਂ ਲਿਖਦੇ ਵੀ ਹੋ, ਲੇਖਕ ਵੀ ਹੋ, ਤੁਸੀਂ ਦੱਸੋ ਕਿ ਪੰਜਾਬ ਦੇ ਯੂਥ ਨੂੰ ਕੀ ਹੋ ਗਿਆ ਸਾਰੇ ਨਸ਼ੇ ਵੱਲ, ਡਰੱਗ ਅਡਿਕਸ਼ਨ? 210 ਚੋਂ 160 ਇਹ ਕਿੰਨਾ ਡਰਾਉਣ ਵਾਲਾ ਨੰਬਰ ਹੈ, ਤੁਸੀਂ ਦੱਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਬੱਚੇ ਜ਼ਿਆਦਾ ਕੰਮ ਨਹੀਂ ਕਰਦੇ, ਜਿਹੜਾ ਅਸੀਂ ਘਰੇਲੂ ਕੰਮ ਅੱਗੇ ਪਹਿਲਾਂ ਪਿੰਡਾਂ 'ਚ ਕਰਦੇ ਸੀ ਨਾ ਛੋਟੇ ਹੁੰਦੇ ਤੋਂ ਬੱਚਿਆਂ ਨੂੰ ਕੰਮ ਨਾਲ ਜੋੜ ਕੇ ਰੱਖਦੇ ਸੀ, ਉਹ ਤਾਂ ਬਿਲਕੁਲ ਹੀ ਖਤਮ ਹੋ ਗਿਆ। ਇਹਦੇ ਲਈ ਮਾਪੇ ਜ਼ਿੰਮੇਵਾਰ ਹੈ?
ਮਾਪੇ ਵੀ ਹੈ ਤੇ ਹੋਰ ਸਮਾਜ ਵੀ ਹੈ, ਮੀਡੀਆ ਵੀ ਹੈ, ਜ਼ਿੰਮੇਵਾਰ ਹੈ ਕਿ ਬੱਚੇ ਜ਼ਿਆਦਾ ਟੀਵੀ ਦੇਖੀ ਜਾਂਦੇ ਨੇ, ਟੀਵੀ ਦੇਖਣਾ ਪਸੰਦ ਕਰਦੇ ਨੇ ਤੇ ਜੋ ਖਾਣੇ ਖਾਂਦੇ ਨੇ ਉਹ ਵੀ ਕੋਲਡ ਡਰਿੰਕਸ ਲੈ ਲਈਆਂ, ਜੇਕਰ ਅਸੀਂ ਘਰ ਦੇ ਵਿੱਚ ਕੋਈ ਦੂਸਰੀ ਚੀਜ਼ ਜਿਵੇਂ ਮਿੱਸੀ ਰੋਟੀ ਬਣਾ ਲਈ ਉਹ ਨੀ ਉਹਨਾਂ ਨੂੰ ਚੰਗੀ ਲੱਗਦੀ, ਨੂਡਲਸ ਚਾਹੀਦੇ, ਹਾਂ ਨੂਡਲਸ ਚੰਗੀਆਂ ਲੱਗਦੀਆਂ, ਇਹਦੇ ਲਈ ਤਾਂ ਮਾਪੇ ਜ਼ਿੰਮੇਵਾਰ, ਮੈਗੀ ਚੰਗੀ ਲੱਗਦੀ ਹੈ। ਤੁਸੀਂ ਇਹ ਵੀ ਬੜਾ ਅੱਛਾ ਇੱਕ ਕਮੈਂਟ ਦਿੱਤਾ ਕਿ ਮਾਪੇ ਵੀ ਜ਼ਿੰਮੇਵਾਰ ਨੇ, ਸਮਾਜ ਵੀ ਜ਼ਿੰਮੇਵਾਰ ਹੈ ਤੇ ਮੀਡੀਆ ਵੀ ਜ਼ਿੰਮੇਵਾਰ। ਮੇਰੇ ਦਰਸ਼ਕਾਂ ਨੂੰ ਵੀ ਇਹ ਬਹੁਤ ਪਸੰਦ ਆਇਆ ਹੋਏਗਾ ਕਿ ਦੋ ਨੌਜਵਾਨ ਦੋਨੋਂ ਹਾਈਲੀ ਕੁਆਲੀਫਾਈਡ ਔਰ ਇਹਨਾਂ ਨੇ ਪੰਜਾਬ 'ਚ ਇੱਕ ਪਹਿਲੀ ਮੁਹਿੰਮ ਚਲਾਈ ਹੈ ਜਿੱਥੇ ਇਹ ਗ੍ਰਾਸ ਰੂਟਸ ਨਾਲ ਜੜ੍ਹਾਂ ਨਾਲ ਜਾ ਕੇ ਜੁੜੇ ਨੇ ਔਰ ਇਹਨਾਂ ਨੇ ਕਿੰਨੇ ਸਾਰੇ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ ਹੈ ਤੇ ਕਿੰਨੇ ਸਾਰੇ ਕ੍ਰਾਂਤੀਕਾਰੀ ਕਦਮ ਚੁੱਕ ਲਏ ਨੇ। ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਹਫ਼ਤੇ ਇੱਕ ਹੋਰ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੀ। ਤਦ ਤੱਕ ਇਜਾਜ਼ਤ ਦਿਓ, ਧੰਨਵਾਦ।